क्रूज ड्रग केस ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਆਰਨ ਖਾਨ ਸਮੇਤ 6 ਮੁਲਜ਼ਮਾਂ ਨੂੰ ਮੁੰਬਈ ਦੇ ਆਰਥਰ ਰੋਡ ਜੇਲ੍ਹ ਲਿਜਾਇਆ ਗਿਆ, ਜਿੱਥੋਂ ਅਗਲੀ ਕਾਰਵਾਈ ਸਾਹਮਣੇ ਕੀਤੀ ਜਾਏਗੀ। ਇਹ ਕਿਹਾ ਜਾ ਰਿਹਾ ਹੈ ਕਿ ਆਰਨ ਖਾਨ ਤੇ ਬਾਕੀ ਦੇ 6 ਮੁਲਜ਼ਮਾਂ ਨੂੰ ਉੱਥੇ ਸ਼ਿਫਟ ਕਰ ਦਿੱਤਾ ਗਿਆ ਹੈ, ਜਿੱਥੋਂ NCB ਆਪਣੀ ਅਗਲੀ ਕਾਰਵਾਈ ਕਰੇਗੀ। ਦੂਜੇ ਪਾਸੇ ਆਰਨ ਖਾਨ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਕੋਰਟ ਤੇ ਲਗਾਤਾਰ ਸੁਣਵਾਈ ਜਾਰੀ ਹੈ। ਦੋਹਾਂ ਧਿਰਾਂ ਵੱਲੋਂ ਆਪਣੇ ਫੈਕਟਸ ਪੇਸ਼ ਕੀਤੇ ਜਾ ਰਹੇ ਨੇ। NCB ਦੇ ਵਕੀਲ ਇੱਕ ਪਾਸੇ ਆਪਣੇ ਫੈਕਟਸ ਪੇਸ਼ ਕਰ ਰਹੇ ਨੇ, ਦੂਜੇ ਪਾਸੇ ਆਰਨ ਖਾਨ ਦੇ ਵਕੀਲ ਦੀ ਇਹੀ ਕੋਸ਼ਿਸ਼ कि आर्यन खान को इस केस तो जल्द बेल मिल सके। बीते दिन कोर्ट ने फैसला सुनाते हुए आर्यन खान ते बाकी दे मुलजमां नूं 14 दिन की न्यायिक हिरासत च भेजिया सी। ABP सोचा जोश जज्बा जुनून।